ਇੱਥੇ ਲਾਇਆ ਸੀ ਆਪਾਂ ਟੈਂਟ ਰਾਤ ਤੇ ਬਾਹਰ ਦਾ ਨਜ਼ਾਰਾ ਲਾਈਕ ਓ ਗਾਡ ਹੇਅਰ ਗੋਸ ਤਾਂ ਮੇਰੇ ਪਿੱਛੇ ਆ ਹਬੂ ਟਿੰਗਲਾ ਪਾਸ 13,380 ਫੁੱਟ ਦੇ ਉੱਤੇ ਉਹ ਜੀ ਹੁਣ ਆਪਾਂ ਬਟਾਲਿਕ ਵੱਲੋਂ ਉਤਰਾਈ ਉਤਰ ਰਹੇ ਆ ਪਾਸ ਆਪਾਂ ਕ੍ਰਾਸ ਕਰ ਲਿਆ ਤੁਸੀਂ ਦੇਖ ਲਿਆ ਤੇ ਇਹ ਪਾਸ ਤਾਂ ਬਹੁਤ ਘੱਟ ਤੁਹਾਨੂੰ ਮਿਲੂਗਾ ਦੇਖਣ ਨੂੰ ਫੋਟੋਆਂ ਦੇ ਵਿੱਚ ਵੀ ਹੁਣ ਆਪਾਂ ਨਜ਼ਾਰਾ ਦੇਖੋ ਤੁਸੀਂ ਸਾਹਮਣੇ ਵਾਲਾ ਬਹੁਤ ਖੂਬਸੂਰਤ ਨਜ਼ਾਰਾ ਇੱਧਰ ਤੇ ਅੱਜ ਇੱਥੇ ਬਹੁਤ ਜ਼ਿਆਦਾ ਤੇਜ਼ ਹਵਾ ਨੂੰ ਤੁਹਾਨੂੰ ਮੈਂ ਕਿੱਦਾਂ ਬਿਆਨ ਕਰਾਂ ਆਹ ਦੇਖੋ ਡੋਰੀ ਹਿਲਦੀ ਵੀ ਕਿੱਦਾਂ ਹਵਾ ਹੈਲਮਟ ਦੇ ਅੰਦਰ ਵੀ ਮਹਿਸੂਸ ਹੁੰਦੀ ਪਈ ਆ ਦੇਖੋ ਰੋੜੇ ਕਿਵੇਂ ਆਏ ਹੋਏ ਸੜਕ ਦੇ ਉੱਤੇ ਉੱਤੋਂ ਗਿਰ ਗੁਰ ਕੇ ਆਹ ਵੀ ਭਰਿਆ ਪਿਆ ਬਿਜਲੀ ਦੇ ਨਾਲ ਮੈਂ ਗਲਤੀ ਕਰ ਬੈਠਾ ਮੈਂ ਜੀਓ ਦਾ ਸਿਮ ਲੈ ਲਿਆ ਜੀਓ ਦਾ ਸਿਮ ਨਾ ਤਾਂ ਜਜ਼ੀਲਾ ਪਾਸ ਦੇ ਉੱਤੇ ਚੱਲਦਾ ਸੀ ਅਤੇ ਨਾ ਇੱਥੇ ਚੱਲਿਆ ਹਬੀ ਟਿੰਗਲਾ ਦੇ ਉੱਤੇ ਸਾਹਮਣੇ ਦਾ ਨਜ਼ਾਰਾ ਦੇਖੋ ਤੁਸੀਂ ਕਿੰਨਾ ਖੂਬਸੂਰਤ ਹੈ ਇਹ ਹੈ ਆਰਮੀ ਦਾ ਏਰੀਆ ਕੰਡਿਆਲੀ ਤਾਰ ਲੱਗੀ ਹੋਈ ਆ ਅਤੇ ਇੱਕ ਚੈੱਕ ਪੋਸਟ ਬਣੀ ਆ ਅਤੇ ਜਿਹੜੀਆਂ ਇੱਥੇ ਇਮਾਰਤਾਂ ਨੇ ਨਾ ਵੱਡੇ ਪੱਥਰ ਨਾਲ ਬਣਦੀਆਂ ਸੀਮੈਂਟ ਦੇ ਵੱਡੀਆਂ ਇੱਟਾਂ ਹੁੰਦੀਆਂ ਨੇ ਅਤੇ ਉਹਦੇ ਵਿੱਚ ਲਾਉਂਦੇ ਨੇ ਗਾਰਾ ਆਹ ਦੇਖੋ ਉੱਦਾਂ ਦੀ ਲੋਕੇਸ਼ਨ ਫੇਰ ਆ ਗਈ ਸੋਹਣਾ ਲੱਗਦਾ ਨਾ ਇੱਕ ਵਾਰ ਜਦੋਂ ਆਪਾਂ ਬੰਜਰ ਦੇਖਦੇ ਹਾਂ ਅਤੇ ਫਿਰ ਇੱਕਦਮ ਆਪਾਂ ਗ੍ਰੀਨਰੀ ਦੇਖਦੇ ਹਾਂ ਅਤੇ ਫਿਰ ਬੜਾ ਸੋਹਣਾ ਲੱਗਦਾ ਤਾਂ ਬਟਾਲਿਕ ਰਹਿ ਗਿਆ ਜੀ 14 ਕਿਲੋਮੀਟਰ ਬਿਲਕੁਲ ਅਲੱਗ ਜੀ ਦੁਨੀਆ ਉਰੇ ਉੱਤੇ ਪਹਾੜ ਦੇਖੋ ਕਿਆ ਖੂਬਸੂਰਤ ਨੇ ਚਾਰੇ ਪਾਸੇ ਹੀ ਪਹਾੜ ਹੋਣ ਆਨੰਦ ਹੀ ਆਨੰਦ ਆ ਜਾਂਦਾ ਅਤੇ ਓਏ ਮੇਰਾ ਖਿਆਲ ਆ ਵੀ ਬਾਰਿਸ਼ਾਂ ਜਦੋਂ ਪਾਣੀ ਪੀਣੀ ਉੱਤੋਂ ਗਰਮੀਆਂ ਦੇ ਵਿੱਚ ਸਨੋਅ ਪਿਘਲਦੀ ਹੋਣੀ ਆ ਤਾਂ ਇੱਥੋਂ ਪਾਣੀ ਲੰਘਦਾ ਹੋਊਗਾ ਸਾਹਮਣੇ ਵਾਲੇ ਦੋ ਕੁ ਪਹਾੜਾਂ ਦੇ ਪਿੱਛੇ ਪੀ ਓ ਕੇ ਹੋਊਗਾ ਐਲ ਓ ਸੀ ਹੋਊਗੀ ਤਾਂ ਦੇਖਾਂਗੇ ਕਿੱਥੇ ਤੱਕ ਆਪਾਂ ਨੂੰ ਜਾਣ ਦਿੰਦੇ ਆ ਅਤੇ ਆਪਾਂ ਉੱਥੇ ਤੱਕ ਜਾਵਾਂਗੇ ਸ਼ੂਟ ਕਰਨ ਦਿੰਦੇ ਆ ਕਿ ਨਹੀਂ ਦਿੰਦੇ ਤਾਂ ਜੀ ਇਸ ਜਗ੍ਹਾ ਦਾ ਨਾਮ ਹੈ ਸਿਲਮੋ ਪਿੰਡ ਆ ਇਹ ਛੋਟਾ ਜਿਹਾ ਅਤੇ ਪਿੱਛੇ ਇੱਕ ਟੂਰਿਸਟਾਂ ਦੇ ਲਈ ਹੱਬ ਬਣੀ ਹੋਈ ਸੀ ਅਤੇ ਆ ਵਿਊ ਦੇਖੋ ਦੋ ਪੱਥਰਾਂ ਦੇ ਵਿਚਕਾਰ ਦੀ ਲਿੰਗਣ ਦਾ ਕਿੰਨਾ ਪਿਆਰਾ ਵਾ ਅਤੇ ਮਾਤਾ ਆ ਗਈ ਸੀ ਰੋਡ ਦੇ ਉੱਤੇ ਕਿੱਡੇ ਕਿੱਡੇ ਬੋਲਡਰ ਪਏ ਆ ਕਿੱਧਰ ਆ ਕਿੱਧਰ ਆ ਕਿਆ ਬਾਤ ਹੈ ਨੈਸ਼ਨਲ ਫਲੈਗ ਇੱਥੇ ਵੀ ਨੇ ਲੱਗਦਾ ਮੋਦੀ ਜੀ ਵਾਲਾ ਆਹਵਾਹਨ ਸਭ ਨੇ ਸੁਣ ਲਿਆ ਹੈ ਤਾਂ ਲਓ ਜੀ ਨੇੜੇ ਜੇ ਪਹੁੰਚ ਰਹੇ ਹਾਂ 5-6 ਕਿਲੋਮੀਟਰ ਰਹਿ ਗਿਆ ਇੱਥੋਂ ਬਟਾਲਿਕ ਅਤੇ ਕੌਨਵੋਏ ਸੀਗਾ ਆਪਣੇ ਮੂਹਰੇ ਤਾਂ ਫਿਰ ਮੈਂ ਵੀ ਸਲੋਅ ਹੋ ਗਿਆ ਅਤੇ ਕੈਮਰਾ ਕਰਤਾ ਸੀ ਬੰਦ ਸਾਹਮਣੇ ਬਟਾਲਿਕ ਸੈਕਟਰ ਆਰਮੀ ਦੇ ਟਰੱਕ ਲੰਘਣ ਦਈਏ ਆਪਾਂ ਗੇਟ ਵਾ ਇੱਕ ਬੜਾ ਪਿਆਰਾ ਜਿਹਾ ਅਤੇ ਇਹ ਹੈਗਾ ਤਾਂ ਦੋਸਤੋ ਇੱਥੇ ਜਿਹੜੀ ਵਾਰ ਹੋਈ 99 ਦੀ ਸਲਿਊਟ ਆ ਯਾਰ ਨਾ ਸੋਲਜਰਸ ਨੂੰ ਕਿਉਂਕਿ ਇੱਥੇ ਤਾਂ ਦੁਸ਼ਮਣ ਤਾਂ ਸਾਹਮਣੇ ਹੈਗਾ ਇੱਥੇ ਤਾਂ ਮੌਸਮ ਵੀ ਦੁਸ਼ਮਣ ਹੈ ਯਾਰ ਦੇਖੋ ਕਿੱਦਾਂ ਦਾ ਵੈਦਰ ਆ ਮੇਰੇ ਹੱਥ ਦੀ ਸਕਿਨ ਹਾਲੇ ਤਾਂ ਮੈਂ ਪਹੁੰਚਿਆ ਵੀ ਨਹੀਂ ਲੇ ਔਰ ਮੈਂ ਪ੍ਰਕੋਸ਼ਨ ਕਿਉਂਕਿ ਆਇਆ ਹੋਇਆ ਮੈਂ ਪ੍ਰਕੋਸ਼ਨ ਪਹਿਲਾਂ ਵੀ ਲੈਂਦਾ ਆਇਆ ਵਾ ਤਾਂ ਇਹ ਆ ਜੀ ਬਟਾਲਿਕ ਸੇਵਾ ਕੋ ਤਤਪਰ ਨਹੀਂ ਆਗੇ ਕਿਤਨਾ ਜਾ ਸਕਤੇ ਆਪ ਆਗੇ ਨਹੀਂ ਜਾ ਸਕਤਾ ਇਹ 1 ਕਿਲੋਮੀਟਰ ਤਾਂ ਜਾ ਸਕਤਾ ਹੂੰ ਨਹੀਂ ਨਹੀਂ ਇਹ ਵੀ ਨਹੀਂ ਹੈ ਅੱਗੇ ਤਰ ਗੇਟ ਵਾਲਾ ਮਾਰਾ ਨਾ ਸੰਤਰੀ ਤੁਮ ਸੇ ਪੁੱਛ ਸਕਤੇ ਆ ਤਾਂ ਜੀ ਇਹ ਆ ਬਟਾਲਿਕ ਇਸ ਤੋਂ ਅੱਗੇ ਸਿਵਿਲੀਅਨ ਨੂੰ ਅਲਾਊ ਨਹੀਂ ਹੈ ਸਿਰਫ ਆਰਮੀ ਜਾਂਦੀ ਆ ਤੇ ਵਿਜੇ ਗੁਰੂ ਮੰਤਰਾ ਵੀਲ ਓਮ ਹੁੰਗ ਵਜਰਾ ਗੁਰੂ ਪ੍ਰਮਾ ਸਿੱਧੀ ਹੁੰਗ ਤਾਂ ਲਓ ਜੀ ਉਹ ਆ ਸਾਹਮਣੇ ਸਿੰਧ ਨਦੀ ਜਿਹੜੀ ਕਿ ਉੱਧਰੋਂ ਲੇਹ ਵਾਲੇ ਪਾਸਿਓਂ ਆਉਂਦੀ ਆ ਪਿੱਛੇ ਜਿਹੜਾ ਤੁਹਾਨੂੰ ਦਿਖਾਤਾ ਉਸ ਤੋਂ ਅੱਗੇ ਸਿਵਿਲੀਅਨ ਨੂੰ ਅਲਾਊ ਨਹੀਂ ਹੈਗਾ ਪਹਾੜਾਂ ਦੇ ਰੰਗ ਦੇਖ ਲਓ ਕਿੱਦਾਂ ਦੇ ਆ ਹੁਣ ਆਪਾਂ ਚੱਲਦੇ ਹਾਂ ਡਾਰਚਿਕ ਵੱਲ ਨੂੰ ਉੱਥੋਂ ਜਾਵਾਂਗੇ ਆਪਾਂ ਆਰੀਅਨ ਵੈਲੀ ਅਤੇ ਇਹ ਆ ਬਟਾਲਿਕ ਦਾ ਸਫ਼ਰ ਅੱਜ ਦਾ
ਤੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਤੇ ਹੁਣ ਆਪਣਾ ਅਗਲਾ ਸਫ਼ਰ ਸ਼ੁਰੂ ਹੁੰਦਾ ਵਾ ਬਟਾਲਿਕ ਤੋਂ ਆਰੀਅਨ ਵੈਲੀ ਦਾ, ਤੇ ਆਪਾਂ ਉੱਧਰ ਨੂੰ ਹੀ ਚੱਲੇ ਹਾਂ। ਇੱਕ ਵਾਰ ਤੁਸੀਂ ਫਿਰ ਸਿੰਧ ਨਦੀ ਇੰਡਸ ਰਿਵਰ ਨੂੰ ਦੇਖ ਲਓ, ਇਹਦੀ ਗੱਲ ਆਪਾਂ ਅੱਗੇ ਚੱਲ ਕੇ ਕਰਾਂਗੇ। ਡਾਰਚਿਕ ਬਟਾਲਿਕ ਤੋਂ ਡਾਰਚਿਕ ਤੋਂ ਆਰੀਅਨ ਵੈਲੀ ਦਾ ਜਿਹੜਾ ਸਫ਼ਰ ਆਪਣਾ ਬੜਾ ਹੀ ਰੋਮਾਂਚਦਾਈ ਸਫ਼ਰ ਆ। ਆਪਾਂ ਇਸ ਸਫ਼ਰ ਦੇ ਵਿੱਚ ਇਸ ਸਿੰਧ ਇੰਡਸ ਰਿਵਰ ਦੇ ਨਾਲ ਨਾਲ ਹੀ ਚੱਲਣਾ ਵਾ। ਇਹ ਇੰਡਸ ਰਿਵਰ ਇੱਧਰੋਂ ਲੇਹ ਵੱਲੋਂ ਆ ਰਹੀ ਆ ਅਤੇ ਪਿੱਛੇ ਪਾਕਿਸਤਾਨ POK ਜਿਹੜਾ ਕਿ ਪਾਕਿਸਤਾਨ ਓਕੂਪਾਈਡ ਕਸ਼ਮੀਰ ਆ ਉਹਦੇ ਵਿੱਚ ਜਾਂਦੀ ਆ ਇਹ। ਅਤੇ ਅੱਗੇ ਵੀ ਬਹੁਤ ਵੀਡੀਓਜ਼ ਦੇ ਵਿੱਚ ਇਹ ਗੱਲ ਹੋ ਗਈ ਆ ਵੀ ਇਹ ਸਾਰੀਆਂ ਨਦੀਆਂ ਦੀ ਪਿਓ ਨਦੀ ਆ, ਸਭ ਤੋਂ ਵੱਡੀ ਨਦੀ ਆ ਇਹ। ਠੀਕ ਹੈ, ਤੁਸੀਂ ਇਹਦਾ ਬਹਾਵ ਦੇਖ ਸਕਦੇ ਹੋ ਇਹਦੇ ਵਿੱਚ ਇਸ ਟਾਈਮ, ਅਤੇ ਬਹੁਤ ਜ਼ਿਆਦਾ ਤੇਜ਼ੀ ਆ। ਅਤੇ ਗੱਲ ਕਰੀਏ ਹੁਣ ਆਪਾਂ ਆਰੀਅਨ ਵੈਲੀ ਦੀ, ਤਾਂ ਆਰੀਅਨ ਵੈਲੀ ਜਿਹੜੀ ਆ ਇਹਦੇ ਵਿੱਚ ਆਰੀਅਨ ਲੋਕ ਰਹਿੰਦੇ ਆ। ਇਹ ਉਹ ਲੋਕ ਨੇ ਜਿਹੜੇ ਅਲੈਗਜ਼ੈਂਡਰ ਸਿਕੰਦਰ ਦੇ ਨਾਲ ਆਏ ਸੀ, ਆਰੀਅਨ ਵੰਸ਼ਜ ਨੇ ਇਹ, ਅਤੇ ਉਹਨਾਂ ਦੇ ਨਾਲ ਆਏ ਸੀ ਅਤੇ ਇੱਥੇ ਹੀ ਰਹਿ ਗਏ। ਅਤੇ ਇਹਨਾਂ ਨੇ ਆਪਦਾ ਮਤਲਬ ਬਰੀਡ ਲਗਾ ਲਓ, ਆਪਦੀ ਨਸਲ ਲਗਾ ਲਓ ਵੀ ਉਹਨੂੰ ਸੰਭਾਲ ਕੇ ਰੱਖਿਆ ਵਾ, ਉਹਨੂੰ ਵਿਗਾੜਿਆ ਨਹੀਂ ਹਾਲੇ ਤੱਕ। ਅਤੇ ਇਹਨਾਂ ਦੇ ਆਰੀਅਨ ਵੈਲੀ ਦੇ ਵਿੱਚ 4 ਕੁ ਪਿੰਡ ਨੇ ਔਰ ਬਿਲਕੁਲ ਡਿਫਰੈਂਟ ਸਾਡੇ ਨਾਲ ਉਹਨਾਂ ਦਾ ਰਹਿਣਾ ਸਹਿਣਾ ਪਹਿਰਾਵਾ ਅਤੇ ਬੋਲੀ ਆ। ਅਤੇ ਆਪਾਂ ਚੱਲਾਂਗੇ, ਇਹਨਾਂ ਲੋਕਾਂ ਨਾਲ ਮਿਲਾਂਗੇ, ਗੱਲਬਾਤ ਕਰਾਂਗੇ ਕੀ ਕਹਿੰਦੇ ਆ ਕਿੱਦਾਂ ਵਾ। ਅਤੇ ਬਾਕੀ ਜਿੰਨਾ ਕੁ ਮੈਂ ਹਾਲੇ ਤੱਕ ਸੁਣਿਆ ਅਤੇ ਜਾਣਿਆ ਵਾ, ਆਪਣੇ ਲੋਕਾਂ ਨਾਲ ਨਿੱਘਾ ਸਵਾਗਤ ਕਰਦੇ ਆ। ਮਿਲਣਸਾਰ ਲੋਕ ਨੇ, ਵਧੀਆ ਲੋਕ ਨੇ ਇਹ। ਅਤੇ ਤੁਸੀਂ ਰਿਵਰ ਦਾ ਬਹਾਵ ਦੇਖੋ, ਅਤੇ ਡਾਰਚਿਕ ਹੋਊਗਾ ਇੱਥੋਂ 3 ਕੁ ਕਿਲੋਮੀਟਰ, ਅਤੇ ਆਪਾਂ ਡਾਰਚਿਕ ਚੱਲਦੇ ਹਾਂ। ਫਿਰ ਅੱਗੇ ਦੀ ਜਿਹੜੀ ਗੱਲਬਾਤ ਆ ਆਪਾਂ ਡਾਰਚਿਕ ਪਹੁੰਚ ਕੇ ਕਰਦੇ ਹਾਂ। ਚਲੋ ਜੀ, ਆ ਗਏ ਆਪਾਂ ਡਾਰਚਿਕ ਦੇ ਵਿੱਚ, ਅਤੇ ਦੋ ਪੱਥਰਾਂ ਦੇ ਵਿੱਚੋਂ ਦੀ ਰਸਤਾ ਦੇਖੋ, ਅਤੇ ਕੰਮ ਚੱਲ ਰਹੇ ਆ ਉਰੇ। ਇਹ ਡਾਰਚਿਕ ਹੈ, ਯਹਾਂ ਵੀ ਆਰੀਅਨ ਲੋਕ ਹੀ ਹੈ। ਆਪ ਯਹੀਂ ਗਏ ਹੋ? ਆਪ ਯਹੀਂ ਗਏ ਹੋ? ਅੱਛਾ, ਆਪ ਆਰੀਅਨ ਹੀ ਹੋ? ਅੱਛਾ, ਤਾਂ ਜੀ ਇਹ ਸੀ ਡਾਰਚਿਕ, ਅਤੇ ਫੋਟੋਗ੍ਰਾਫੀ ਇੱਥੇ ਲਿਖਿਆ ਹੋਇਆ ਵੀ ਪ੍ਰੋਟੈਕਟਡ ਆ। ਇਹ ਸਾਰੀ ਇੱਥੋਂ ਆਰੀਅਨ ਵੈਲੀ ਸ਼ੁਰੂ ਹੋ ਗਈ, ਅਤੇ ਤੁਸੀਂ ਨਜ਼ਾਰਾ ਚੈੱਕ ਕਰੋ। ਆਹ ਉੱਤੇ ਡਾਰਚਿਕ ਆ, ਇੱਥੇ ਵੀ ਆਰੀਅਨ ਲੋਕ ਹੀ ਰਹਿੰਦੇ ਆ, ਪਰ ਮੈਂ ਇਹ ਸੋਚ ਰਿਹਾ ਵੀ ਆਪਾਂ ਥੋੜ੍ਹਾ ਸਫ਼ਰ ਆਪਦਾ ਕੱਢ ਲਈਏ, ਅਤੇ ਆਪਾਂ ਜਾਂ ਤਾਂ ਦਾਹ ਚੱਲਦੇ ਹਾਂ ਜਾਂ ਹਨੂ। ਅਤੇ ਆਹ ਇੱਕ ਬੋਰਡ ਲੱਗਿਆ ਹੋਇਆ ਵਾ ਹਰਦਾਸ, ਅਤੇ ਹੁਣ ਆਪਣੇ ਇੰਡਸ ਰਿਵਰ ਜਿਹੜੀ ਆ ਉਹ ਸੱਜੇ ਪਾਸੇ ਆ ਗਈ ਆ।
ਤਾਂ ਬਿਲਕੁਲ ਰੇਗਿਸਤਾਨ ਵਾਂਗੂ ਆ। ਤੇ ਪਿੱਛੇ ਡਾਰਚਿਕ ਜਿਹੜੀ ਸੀ ਉਹ ਵੀ ਆਰੀਅਨ ਵੈਲੀ ਦਾ ਹੀ ਪਾਰਟ ਆ, ਰੈੱਡ ਆਰੀਅਨਸ ਨੇ। ਤੇ ਤੁਸੀਂ ਨਜ਼ਾਰਾ ਦੇਖੋ, ਸਾਹਮਣੇ ਵਾਲਾ ਪਹਾੜ ਦੇਖੋ, ਤੇ ਰਾਈਟ ਹੈਂਡ ਲੈਫਟ ਹੈਂਡ ਦੋਨੇ ਪਾਸੇ ਦੇ ਪਹਾੜ, ਆਹ ਪਹਾੜ ਦੇਖੋ ਹੋਰ ਆ, ਆਹ ਪਹਾੜ ਹੋਰ ਆ। ਲਿਖਾਤਾ ਹਾਰਨ ਵਜਾਓ, ਆਪਾਂ ਵਜਾਤਾ ਫਿਰ ਹਾਰਨ। ਸੜਕ ਦਾ ਦੀ ਖੂਬਸੂਰਤੀ ਦੇਖੋ ਤੁਸੀਂ, ਜਿਹੜਾ ਕਹਿੰਦੇ ਬੰਦੇ ਦਾ ਦਿਲ ਇੱਕਦਮ ਮੋਹ ਲੈਂਦੀ ਆ। ਤਾਂ ਉਹਨਾਂ ਨੇ ਦਿੱਤੀ ਹੋਈ ਆ ਵੀ ਜੇ ਤੁਸੀਂ ਰੁਕਣਾ ਤਾਂ ਰੁਕ ਸਕਦੇ ਹੋ, ਜੇ ਕਿਸੇ ਨੂੰ ਪਾਸ ਦੇਣਾ ਤਾਂ ਪਾਸ ਦੇ ਸਕਦੇ ਹੋ। ਤਾਂ ਜਿਹੜਾ ਉਹ ਬੋਰਡ ਸੀ ਉਹ ਤਾਂ ਮਿਟਿਆ ਹੋਇਆ ਸੀ, ਪਤਾ ਨਹੀਂ ਲੱਗਿਆ। ਅਤੇ ਬਹਾਵ ਦੇਖੋ ਤੁਸੀਂ ਇੰਡਸ ਦੇ ਵਿੱਚ, ਹਰ ਆਹ ਲਾਲ ਪਹਾੜ ਆ ਗਏ, ਉਹ ਰੇਤਲੇ ਚਿੱਟੇ ਪਹਾੜ ਸੀਗੇ, ਠੀਕ ਆ। ਹਰ ਮੋੜ 'ਤੇ ਇਹ ਪਹਾੜ ਬਦਲੀ ਜਾਂਦੇ ਆ, ਇਹੀ ਨਜ਼ਾਰਾ ਇੱਥੇ ਦਾ। ਸੂਰਤੀ ਬੰਜਰ ਚੀਜ਼ਾਂ 'ਚ ਵੀ ਹੋ ਸਕਦੀ ਆ, ਦੇਖਣ ਵਾਲੇ ਦਾ ਨਜ਼ਰੀਆ ਹੀ ਹੁੰਦਾ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਅਤੇ ਇਹਦਾ ਨਜ਼ਰੀਆ ਵਾ। ਅਤੇ ਬਾਈ ਬਾਕੀ ਆਪਾਂ ਨਾ ਵੀਡੀਓ ਇੱਦਾਂ ਨਹੀਂ ਬਣਾਉਣੀ, ਕਮਰਸ਼ਲ ਜਿਹਾ ਬਣਾਉਂਦੇ ਆ ਨਾ ਵੀ ਹਾ ਹੂ ਹੀ, ਠੀਕ ਆ। ਆਪਣੀਆਂ ਤਾਂ ਸਾਦੀਆਂ ਦੀ ਵੀਡੀਓ ਨਜ਼ਾਰਾ ਪੂਰਾ ਦਿਖਾਵਾਂਗੇ। ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਅਤੇ ਪੂਰੀ ਦੇਖ ਲਿਓ, ਨਹੀਂ ਚੰਗੀ ਲੱਗੀ ਯਾਰ ਬਾਈ ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ ਉਹਦੇ 'ਚ, ਤੁਸੀਂ ਮਰਜ਼ੀ ਦੇ ਮਾਲਕ ਹੋ ਆਪਦੀ ਦੇ। ਅਤੇ ਹੁਣ ਆਪਾਂ ਦਾਹ ਵੱਲ ਨੂੰ ਚੱਲ ਰਹੇ ਹਾਂ, ਫਿਰ ਦਾਹ ਦੇ ਨੇੜੇ ਜੇ ਪਹੁੰਚ ਕੇ ਗੱਲ ਕਰਦੇ ਹਾਂ ਦੁਬਾਰਾ। ਇੰਡਸ ਰਿਵਰ ਨੂੰ ਦੇਖੋ ਕਿਵੇਂ ਇੱਥੇ ਚੌੜੀ ਹੋ ਗਈ ਆ, ਅਤੇ ਬਹਾਵ ਦੇਖੋ ਕਿਵੇਂ ਇਹਦਾ। ਸਾਹਮਣੇ ਆ ਗਈ ਗ੍ਰੀਨਰੀ। ਕੌਣ ਸਾ ਰਸਤਾ ਜਾਤਾ ਹੈ? ਦਾਹ ਕੋ, ਦਾਹ ਕੋ ਕੌਣ ਸਾ ਰਸਤਾ ਜਾਤਾ ਹੈ? ਦਾਹ ਦਾਹ ਆਰੀਅਨ ਵੈਲੀ ਕਾ ਦਾਹ। ਸ਼ੁਕਰੀਆ। ਲਓ ਜੀ, ਬੰਜ਼ਰ ਦੇ ਵਿੱਚ ਆਹ ਵਾਲਾ ਮੰਜ਼ਰ ਵੀ ਦੇਖ ਲਓ, ਖੂਬਸੂਰਤੀ ਵਾਲਾ ਮੰਜ਼ਰ। ਇੱਥੇ ਬੰਦਾ ਕੀ ਭਾਲੂਗਾ, ਇੱਕ ਸ਼ਟਰ ਵਾਲੀ ਚੀਜ਼ ਕਾ ਮਿਲੀ, ਉਹ ਵੀ ਸ਼ਟਰ ਬੰਦ। ਤੁਸੀਂ ਕਹਿਣਾ ਬਾਰ ਬਾਰ ਸਿੰਧ 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 ਕਿਉਂ ਕਰਦਾ? ਬਾਈ ਬਹੁਤ ਪੜਿਆ ਇਹਨੇ, ਬੜਾ ਦੁਖੀ ਕਰਿਆ ਇਹਨੇ, ਬੜਾ ਸਾਲ ਦੁਖੀ ਕੀਤਾ। ਹੁਣ ਦੇਖਣ ਨੂੰ ਮਿਲੀ ਆ, ਕਿਤਾਬਾਂ ਵਾਲੇ ਤਾਂ ਸਮਝ ਹੀ ਨਹੀਂ ਆਉਂਦੀ ਸੀ। ਬਾਈ ਦਾਹ ਕਿਤਨੀ ਕੁ ਦੂਰ ਹੈ ਯਹਾਂ ਸੇ? ਦਾਹ ਦਾਹ ਜੋ ਆਰੀਅਨ ਵੈਲੀ ਕਾ ਗਾਓ ਹੈ, ਉਹ ਕਹਾਂ ਹੈ ਯਹਾਂ ਸੇ? ਕਿਤਨਾ ਕੁ ਆਗੇ ਹੋਗਾ? 10 ਕਿਲੋਮੀਟਰ। ਯੇ ਪਾਣੀ ਪੀਨੇ ਕੇ ਲੀਏ ਭਰ ਸਕਤੇ ਹੈ? ਅੱਛਾ, ਉਹ ਪੰਪ ਲਗਾ ਹੁਆ ਹੈ। ਤਾਂ ਪਾਣੀ ਭਰ ਲਈਏ ਯਾਰ, ਆਪਣੇ ਕੋਲ ਪਾਣੀ ਹੋ ਗਿਆ ਖਤਮ। ਅਸਲ 'ਚ ਨਾ ਨੈੱਟ ਨਹੀਂ ਚੱਲ ਰਿਹਾ ਤਾਂ ਵਾਰ ਵਾਰ ਪੁੱਛਣਾ ਪੈ ਰਿਹਾ, ਨੈੱਟ ਚੱਲਦਾ ਹੁੰਦਾ ਫਿਰ ਨਹੀਂ ਲੋੜ ਪੈਣੀ ਸੀ ਆਪਾਂ ਨੂੰ ਪੁੱਛਣ ਦੀ, ਫਿਰ ਆਪਾਂ ਚੱਲਦੇ ਰਹਿਣਾ ਸੀ। ਹੁਣ ਤਾਂ ਇੱਕ ਵਾਰ ਤਾਂ ਫਿਰ ਪੁੱਛਣਾ ਹੀ ਪੈਂਦਾ ਵਾ, ਐਵੇਂ ਗਲਤੀ ਨਾਲ ਨਿਕਲ ਜਾਈਏ ਕਿਤੋਂ। ਲਓ ਜੀ, ਹੈਂਡ ਪੰਪ ਬੜੇ ਸਾਲਾਂ ਬਾਅਦ ਚਲਾ ਕੇ ਦੇਖਣਾ ਵਾ, ਸਿਰ ਵੀ ਚਲਾਇਆ ਸੀ, ਇਹ ਤਾਂ ਥੋੜ੍ਹਾ ਪਹਿਲਾਂ ਗੇੜਨਾ ਪੈਣਾ ਇਹਨੂੰ, ਇਹਦਾ ਪਾਣੀ ਆਉਣ ਨੂੰ। ਆ ਗਿਆ ਬਈ, ਆ ਗਿਆ, ਧਾਰ ਜੀ ਦੇ ਮੂਹਰੇ ਕਰ ਲਓ। ਤਾਂ ਬਾਈ ਇੱਥੋਂ ਸਾਨੂੰ ਦੱਸਿਆ ਵੀ ਇੱਥੇ ਰੈੱਡ ਆਰੀਅਨਸ ਦਾ ਇੱਕ ਮਿਊਜ਼ੀਅਮ ਆ, ਦੇਖਦੇ ਹਾਂ ਵੀ ਕਿੰਨਾ ਕੁ ਦੂਰ ਆ। ਮੇਨ ਰੋਡ ਤੋਂ ਲੈਫਟ ਉੱਤੇ ਨੂੰ ਚੜਿਆ ਸੀ ਮੈਂ, ਉਹਨੂੰ ਪੁੱਛੀਏ। ਆਹ ਦੇਖੋ ਘਰ, ਇੱਦਾਂ ਵੀ ਰਹਿੰਦੇ ਸੀ ਲੋਕ ਅਤੇ ਰਹਿੰਦੇ ਨੇ, ਇਹ ਬਿਲਕੁਲ ਡਿਫਰੈਂਟ ਆ। ਇੱਧਰ ਨੂੰ ਸਿਰਫ ਸਾਡੇ ਵਰਗੇ ਪਾਗਲ ਹੀ ਆਉਂਦੇ ਆ। ਸਰ ਉਹ ਮਿਊਜ਼ੀਅਮ ਕਹਾਂ ਪਏ ਆ? ਕਿਤਨਾ ਕੁ ਆਗੇ ਹੋਗਾ? ਉਹ ਵੀਡੀਓਗ੍ਰਾਫੀ ਕਰਨੇ ਦੇਤੇ ਵਹਾਂ ਪੇ? ਠੀਕ ਹੈ। ਤੋ ਇਹ ਵੀ ਆ ਰਹੀਆਂ ਨੇ ਵਿਲੇਜ? ਅੱਛਾ, ਆਪ ਵੀ ਆ ਰਹੀਆਂ ਨਹੀਂ ਹੈ, ਠੀਕ ਹੈ। ਹਾਂਜੀ, ਸਮਝ ਨਹੀਂ ਮੈਂ। ਹਾਂ ਨਹੀਂ, ਮੈਂ ਤਾਂ ਘੁੰਮ ਦੇਖਣੇ ਹੀ ਆਇਆ ਹੂੰ, ਆਪ ਲੋਕੋਂ ਸੇ ਮਿਲਣੇ ਹੀ ਆਇਆ ਹੂੰ, ਠੀਕ ਹੈ। 200 ਗਜ਼ ਗਾੜੀ ਜਾਏ ਜਾਂ ਗਾੜੀ ਰੋਡ ਕਲੋਸ ਹੈ।
वहाँ पे आप बोर्ड मिलेगा आपको, म्यूजियम का बोर्ड वहाँ लगा हुआ है। ठीक है, ये एप्रीकोट का है जी पेड़? एप्रीकोट का सीजन खत्म हो गया। तो जो रोड पे लगे हुए हैं उन पे छोटे छोटे लाल लाल लगे हैं, वो क्या है? खट्टा मीठा ऐसा आता है, वो बच जाता है। नहीं नहीं नहीं, वो निके निके अभी निकले हैं, इतने इतने हैं, और सारी रोड पे ही थे पीछे बटालिक से आते हुए। वो नहीं है, वही ना, वो सिनू साइड में गिरा हुआ है। खट्टा मीठा होता है सर, मीठा अच्छा नहीं होता, ओरिजिनल वाला है ना, अभी खत्म हो गया। अच्छा, वो खत्म हो गया। थैंक यू भाई। तो अगे है जी, ये आ रही नहीं सी, अभी ये काली वाले सी। आप बैठा के तसली ना गलबात करा, ये इन्हों का खेतीबाड़ी का सिस्टम आ। रास्ता जाता गरकुल विलेज का नाम गरकुल, रस्ता वा जिहड़ा म्यूजियम नूं जांदा। म्यूजियम का रास्ता उधर सीगा, आप इधर मुड़ गए। घर भी टमाटर टमाटर लाए गए है। कुछ शिलालेख बनाए हुए ने, एनिमल गैलरी। यही है जी मेन, अंदर में बंद है। किसानी वाले संद सी बारे म्यूजियम आ देख सकते हो। और मेरा ख्याल भी हाइट में छोटे ही होंगे, काफी अंधेरा है। ये किचन है जी, तो पुराने टाइम में आर्यन लोगों के ये ऐसे किचन थे इस तरह के। तो अब चलते हैं, बस यही है जी म्यूजियम। इससे ज्यादा भाई कुछ नहीं है, ठीक है, यही है। तो बड़ी हाइट वाला बंदा थोड़ा देखभाल करी आई, समझ गया। और बाबा जी नमस्कार जी, झूले जी पापा। और माता कैसे हो? झूले झूले। हिंदी आप समझते हो? आप जान है जी, आप किधर से?
मैं पंजाब से आया जी, पंजाब लुधियाना से जी। ये जो लैंग्वेज बोल रहे हैं, भाषा बोल रहे हैं, ये आपकी आर्यन भाषा है, ये आर्यन भाषा है। कर लो माता, बात कर लो, बात कर लो। बाकी मैं माड़ी मोटी हिस्ट्री जिनी भी मैनू होर मिली, देखो मैनू भी नहीं पता है, मैं भी तुहानू कह दा मेरे इतिहास नहीं पता, तो मैं पढ़ के ये बारे जान के फिर इतने आडियो दे विच दे दांगा, जिहड़ा कि तुहानू भी पूरी डिटेल मिल जाए। बाकी ये पिंड आ इस तरह वा, काफ़ी खूबसूरत आ, पिंडा वर्गा पिंड ही है, ऐ भी सिर्फ उनका ट्रडिशनल चीज़ा ने ते उनका ट्रडिशन जिंदा। चलो इतो निकलते हम आप दावल दाल चलते जुले जुले जरा इत सताल ही है जुले जुले जिम्मे आप सताल कह दें आ गए बाहर जिसे मैं मोटरसाइकिल खड़ा किया, बड़े कपड़े पाए उन्होंने टोपी या बाल बाल तरीका ट्रडिशनल इतों निकले आए हैं। वो तुम्हें मोड दिखाया भी पिछे अपने डार चक सी एक साइड के उत्ते चढ़ गया रस्ता, तो गरकुन विलेज का नाँ से ये भी आर्यन विलेज के पिंड आ, चार पिंड ने इन्हों के इतने वो थोड़ा आर्यन लोग भी दिखाए। तो हम आप चले दाह वल, अगला सफर अपना दाह दा वा।